हाँ तो की है ओए मैं मर गई करदा की है तेरे गोदे नाल ले ला खंग लगी है खंग लगी आ तो भी ताडे वाली परे दफा हो जो तुसी ओए ओदे पुत्र ओदे कल्ले कल्ले आओ अच्छा कल्ले कल्ले ए दा एडा वड्डा टेडे अपने पैर वेखिया नु 18 साल हो गए ऐसी गल कोई नहीं बुलबुला भी निकलिया सी मगर किसी सियाने ने कहा धुनी नहीं शहर की धुनी है बहुत अच्छी बंदे नु आम ना समझो क्यों जी बड़ा काबल बंदा जे इस तरह एनू 5 मिनट गौर ना देख लो सारी जिंदगी कुत्ता नहीं पेगा बहुत अच्छे नहीं तुसी की चांदिया मैं तू की चाहना है नहीं तू की चाहनी है बोल नहीं तू बोल तू बोल तू एक भी एक्शन मेरे नाल दा नहीं कर सकदी तू भी नहीं कर सकदा ऐला पियो दी ते इंज कर हां ठीक है ऐला तेरा कुछ नहीं जाना बच्चे रल जाने की है तेन पता की है की है ऐ वेखो रफान जैली रफान जैली चमचियां लियाओ शुरू हो जाओ ये चमचियां वाली नहीं ये कईयां वाली है ये सियाणियां दी कईयां वाली लगता नी बिल्ली नू करंट पे हद हो गई चाचा जी ओ मैं इनू हुण दसना ਓ ਮੇਰਾ 33 10 ਕਿੱਥੇ ਆ ਲੈ 33 10 ਜਿੰਨੀ ਸੇਧ ਤੁਹਾਨੂੰ ਚਾਹੀਦਾ ਪੀਸੀਓ ਕੋਲ ਰੱਖੋ ਉਹ ਕੁੱਤੇ ਦੇ ਆ ਪੁੱਤਰਾ ਤੁਸੀਂ ਉਹਨਾਂ ਨਾਲ ਹੋ ਕਿ ਮੇਰੇ ਨਾਲ ਚਾਚਾ ਜੀ ਛੋਟਾ ਹੁੰਦਾ ਮੋਬਾਈਲ ਚਲਾ ਚਾਚਾ ਜੀ ਕੀ ਹੈ ਇਹ ਬੰਦਾ ਤੁਹਾਡੀਆਂ ਨੌਵਾਂ ਨੂੰ ਥਾਣੇ ਲੈ ਕੇ ਜਾਣਾ ਚਾਹੁੰਦਾ ਜੇ ਰੱਬ ਦਾ ਵਾਸਤਾ ਜੇ ਤੁਹਾਡਾ ਤਖਰੀਬਕਾਰ ਜੇ ਨੇ ਸਾਰੀ ਜ਼ਿੰਦਗੀ ਤਖਰੀਬਕਾਰੀ ਕੀਤੀ ਹੈ 5000 ਰੁਪਈਆ ਨਗਦ ਦਵਾਂਗਾ ਇਹ ਪੁਲਿਸ ਲੈ ਕੇ ਇੱਥੇ ਨਾ ਆਵੇ ਇਹ ਵੇਖੋ ਇਹ ਜਿਹੜਾ ਹੈ ਓਏ ਜੇ ਤੂੰ ਪੁਲਿਸ ਲੈ ਆਇਆ ਤੇ ਮੇਰੀ ਬਦਦੁਆ ਬਸ ਯਾਰ ਬੱਕਰੀਆਂ ਗਰਮ ਕਰਨ ਵਾਲੀਆਂ ਬੋਤਲਾਂ ਵਹਾਈ ਆਉਂਦੇ ਆ ਬਕਵਾਸ ਬੰਦ ਕਰ ਓਏ ਆ ਮੇਰੇ ਨਾਲ ਰੰਗੇ ਤਾਂ ਮਲੰਗ 10 ਯਾਰ ਚੱਲ ਸਿਮਰਨ ਮੈਂ ਕਿਹਾ ਜਵਾਨਾ ਕਰ ਲੈ ਕਰ ਲੈ ਸਲਾਹ ਕਰ ਆਓ ਚੱਲੀਏ ਫਿਰ ਸ਼ਹਿਰ ਆਇਆ ਓ ਮੈਂ ਇਹਨਾਂ ਕੇ ਹੁਣ ਜਿਹੜੀ ਹੈ ਨਾ ਪਸੰਦ ਕਿਹੜੀ ਕਰੀਏ ਹਾਂ ਚੰਗੀ ਕਿਹੜੀ ਏ ਹਾਂ तू पास ले आना ना आ चंगी है आ और सच्ची गल मैनू भी यही पसंद है ਮੇਰੀ ਭੈਣ ਨਾਲ ਹੋਰ ਕੀ ਕੀ ਕੀਤਾ ਹੈ
ਹੋਵੇਗਾ। ਅੱਛਾ ਗੱਲ ਸੁਣੋ, ਲੈ ਗੱਲ ਸੁਣੋ, ਮੇਰੇ ਨਵੇਂ ਕੱਪੜੇ ਨੇ ਪਾੜ ਛੱਡੇ। ਓ ਐ ਕਿੱਥੇ ਗਿਆ ਕਾਲੀਆ, ਮਰ ਜਾਣਾ। ਤੈਨੂੰ ਚੈਨ ਨਹੀਂ ਗਾ ਅਗਰਾ, ਮੈਂ ਸੋਚਿਆ ਮੇਰੀ ਧੀ ਦੀ ਸ਼ਾਦੀ ਪਤਾ ਨਹੀਂ ਕਿੱਥੇ ਹੁੰਦੀ ਕਿੱਥੇ ਨਹੀਂ। ਅੱਛਾ ਤੇਰੀ ਭੈਣ ਦਾ ਵਿਆਹ ਨਾ ਰੁਕੇ ਕੀ, ਐ ਮੈਂ ਲੱਡੂ ਲਿਆ ਕਾਲਾ ਇਨਮ ਕਰਵਾ ਕੇ, ਸਮਝੀ ਗੱਲ ਨਹੀਂ। ਆਪਣੀ ਭੈਣ ਨੂੰ ਕਹਿ ਆਪਣੇ ਜ਼ਫਰੀ ਚੌਧਰੀ ਨੂੰ ਖਵਾ ਦੇਵੇ, ਉਹਦੇ ਪਿੱਛੇ ਪਿੱਛੇ ਫਿਰ ਗਿਆ ਤੇਰੀ ਭੈਣ ਦੇ। ਵੇ ਤੂੰ ਸਹੀ ਕਹਿ ਰਿਹਾ, ਬਿਲਕੁਲ ਸਹੀ ਕਹਿ ਰਿਹਾ। ਅੱਛਾ ਮੇਰੀ ਗੱਲ ਸੁਣ, ਐਸ ਲੱਡੂ ਦਾ ਜ਼ਿਕਰ ਨਾ ਮਨੂਸਾ ਨਾਲ ਨਾ ਕਰੀ। ਨਹੀਂ ਨਹੀਂ ਨਹੀਂ, ਠੀਕ ਹੈ। ਵੇ ਤੂੰ ਫੇਰ ਆ ਗਿਆ। ਮੈਂ ਫੇਰ ਆਉਣਾ ਇਧਰ। ਕਿਉਂ? ਮੈਂ ਆਪਣੀ ਬੱਚੀ ਪਤਾ ਨਹੀਂ ਕਿੱਥੇ ਹੋਰ ਵਿਆਹ ਲਾਂਗਾ। ਅੱਛਾ ਐ ਲੱਡੂ ਇਹ ਆਪਣੀ ਭੈਣ ਨੂੰ, ਇਹ ਤੇ ਕਾਲਾ ਤੇ ਚਿੱਟਾ ਇਲਮ ਬਣਿਆਈ। ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਉਮਰ ਵੇਖ ਤੇ ਮੇਰੀ ਭੈਣ ਤੇ? ਨਹੀਂ ਨਹੀਂ, ਹਾਂ ਜ਼ਫਰੀ ਨੂੰ ਖਵਾ ਦੇਗੀ ਨਾ। ਅੱਛਾ ਜ਼ਫਰੀ ਚੌਧਰੀ ਉਹਦੇ ਪਿੱਛੇ ਪਿੱਛੇ ਫਿਰੇਗਾ। ਪਿੱਛੇ ਪਿੱਛੇ ਫਿਰੇਗਾ, ਪਿੱਛੇ ਪਿੱਛੇ? ਹਾਂ ਸੱਚੀ ਮੁੱਚੀ? ਬਿਲਕੁਲ ਸੱਚੀ ਮੁੱਚੀ। ਦੇਖ ਲਈ ਝੂਠ ਨਾ ਮਾਰੀ। ਪੁਲਿਸ ਨੇ ਉਹ ਕੀ ਕਰਨਾ ਜਿਹੜਾ ਮੈਂ ਕਰਨਾ? ਉਹ ਬੇੜਾ ਚੜ ਕੇ ਕੋਈ ਇੰਡੀਆ ਤੋਂ ਬੱਸਾਂ ਚੱਲ ਪਈਆਂ ਨੇ। ਸਿੱਧਾ ਕਰਕੇ ਖਾ ਜਿਸ ਤਰ੍ਹਾਂ ਤੈਨੂੰ ਸਮਝਾਇਆ ਨਾ ਉਂਝ ਹੀ ਕਰੀ। ਠੀਕ ਹੈ ਠੀਕ ਹੈ, ਚੱਲ ਮੈਂ ਕਿਹਾ ਸਫਰੀ ਜੀ ਮੂੰਹ ਖੋਲੋ। ਮੇਰਾ ਮੂੰਹ ਖੁੱਲ ਗਿਆ ਨਾ ਇੱਥੇ ਕਈ ਬਿਸਤ ਹੋ ਜਾਣਗੇ। ਮੈਂ ਕਿਹਾ ਜ਼ਫਰੀ ਜੀ ਮੈਂ ਬੜੇ ਪਿਆਰ ਤੇ ਮੇਰੇ ਤਾਂ ਲੱਡੂ ਬਣਾਇਆ, ਖਾ ਕੇ ਦੱਸੋ ਕਿਹਦਾ ਬਣਿਆ। ਵਾਹ ਬਈ ਵਾਹ, ਥੋੜੇ ਜਿਹਾ ਖਾ ਲੈਨੇ ਆ। ਲੱਡੂ ਦੇ ਬਾਬਾ ਲੱਡੂ ਖਾਦਾ ਤੂੰ? ਮੇਰੀ ਭੈਣ ਹੈ, ਅੱਜ ਤੋਂ ਬਾਅਦ ਤੂੰ ਮੇਰੀ ਭੈਣ ਹੈ। ਤੇਰਾ ਸੱਚਿਆ ਨਾ ਤੇਰਾ ਖਾਨਾ ਖਰਾਬ ਹੋਵੇ। ਤੇਰੀ ਭੈਣ ਨੇ ਮਿਹਨਤ ਹੀ ਕੋਈ ਨਹੀਂ ਕੀਤੀ, ਸਿੱਧਾ ਲੱਡੂ ਖਵਾਤਾ। ਚੱਲ ਚੱਲ ਦਫਾ ਜਾ ਤੋ ਨੀਰਾ ਨਾਲ ਬੋ, ਦਫਾ ਜਾ ਇੱਥੋਂ, ਇੱਥੇ ਹੀ ਰਹੇਗਾ ਇਹ। ਨੀਮੇ ਵੀ ਸਮਝ ਨਹੀਂ ਆਉਂਦੀ ਤੈਨੂੰ? ਨੀਮੇ ਵੇਖਣੀ ਕਿਵੇਂ ਇੱਥੇ ਰਹਿੰਦੇ, ਨੀਮੇ ਵੇਖਣੀ ਤੈਨੂੰ ਕਿਵੇਂ ਕੱਢੇਗੀ। ਚੱਲ ਚੱਲ ਚਲੋ ਖਾ ਲੈਨੇ ਆ, ਕਾਹਾਂ ਖਾਣੀਏ। ਤੂੰ ਮੇਰੀ ਭੈਣ ਹੈ ਬਸ। ਤੇਰਾ ਖਾਨਾ ਖਰਾਬ, ਤੇਰਾ ਬੇੜਾ ਗਰਕ ਹੋਵੇ, ਤੈਨੂੰ ਅੱਲੋ ਮੇਕਅਪ ਕਰਕੇ ਬਾਦੂਆ ਮੰਗੇਗੀ, ਲੱਗਣੀ ਕਿਸੇ ਨੂੰ? ਲੱਗੇਗੀ ਤੈਨੂੰ, ਆ ਵੀ ਮੇਰੀ ਧੀਏ।